स्वागत है किसान वीरों तुहाडा यूट्यूब चैनल सिदक डेयरी फार्मिंग दे विच। किसान वीरों अज फिर एक वीडियो बना रहे हैं पिंड माछीके की। माछीके पिंड नूं तहसील निहाल सिंह वाला पैंदी है ते जिला मोगा। इस पिंड दे विच दोस्तों बाई जी होरां दा सेल परचेज का काम है। बाकी गल्लां बातां सारियां बाई जी होरां नाल करांगे, उन्हां तों सारी डिटेल पता करांगे। आपां वीडियो नूं शुरू करन तों पहलां दोस्तों बेनती है, जिन्हां ने इस चैनल नूं अजे तक सबसक्राइब नहीं किया तो चैनल नूं जरूर सबसक्राइब कर लो, ते नाल घंटी का बटन भी प्रेस कर लो जे ताकि जिहड़ी मैं नवीं वीडियो अपलोड करा उहदा नोटिफिकेशन तुहाडे तक पहुँच सके। इस वीडियो दे विच दोस्तों तुहानूं इह झोटी दिखाउणी है, दूजे सूहे सूई भी है, डिटेल सारी बाई जी होरी दसणगे। फुल सोहणी प्योर मुरा दे विच एक्सट्राऑर्डिनरी झोटी है इह, डिटेल सारी बाई जी होरां तों पुछदे हां आपां। आओ आपां बाई जी होरां नाल गल्लबात करदे हां। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਨਾਮ ਦੱਸਿਓ ਆਪਣਾ ਕੀ ਹੈ? ਨਾਮ ਗੁਰਜੀਤ ਸਿੰਘ। ਗੁਰਜੀਤ ਸਿੰਘ। ਬਾਈ ਜੀ ਵਪਾਰ ਦਾ ਕੰਮ ਕਰਦੇ ਆਪਾਂ? ਹਾਂਜੀ ਬਾਈ ਜੀ। ਠੀਕ ਹੈ। ਲਾਗੇ ਵੇਚਦੇ ਜੀ। ਠੀਕ ਹੈ। ਤੇ ਕਿੰਨਾ ਚਿਰ ਹੋ ਗਿਆ ਵੀਰੇ ਵਪਾਰ ਕਰਦਿਆਂ ਨੂੰ? ਆਪਾਂ ਜੀ ਆਪਾਂ ਨੂੰ ਤਕਰੀਬ 3 ਸਾਲ ਹੋ ਗਏ ਜੀ। 3 ਸਾਲ ਤੋਂ ਆਪਣਾ ਸੇਲ ਪਰਚੇਜ ਦਾ ਕੰਮ। ਜਿਆਦਾ ਮੱਝਾਂ ਹੀ ਖਰੀਦਦੇ ਆ ਕਿ ਗਾਈਆਂ ਵੀ ਆ ਜਾਂਦੀਆਂ? ਨਹੀਂ ਸਿਰਫ ਮੱਝਾਂ ਹੀ। ਸਿਰਫ ਮੱਝਾਂ ਹੀ ਖਰੀਦਦੇ? ਠੀਕ ਹੈ। ਇਹ ਝੋਟੀ ਬਾਈ ਕਿੰਨਵੇਂ ਸੂਏ ਸੂਈ ਹੈ? ਇਹ ਦੂਜੇ ਸੂਏ ਸੂਈ ਹੈ ਜੀ। ਸਿਰਫ ਦੂਜੇ ਸੂਏ ਸੂਈ ਹੈ। ਤੇ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ? पिछले सूए तेरह चौदह किलो दुध दिंदी रही है। ठीक है। बच्चा इन्हें की दिता है? बच्चा कट्टी है। बच्चा कट्टी है। ते कट्टी दे कोई बाप दा पता टीके दा कुछ उन्हां तों पता कीता होवे? आपां नहीं जी, उन्हां कोई पता नहीं करिया, कुछ नहीं पता कीता। ठीक है। ते इहदा रेट की करदे आ? रेट वीर जी दा 1 लाख 10 करदे आ। 1 लाख 10 हज़ार विचों कुछ समान तां मौके ते होली है। ठीक है दोस्तों, इहदी कट्टी भी तुहानूं मैं दिखा दूंगा। झोटी बहुत ज्यादा सोहणी है। ਤੁਸੀਂ ਪੁੜਿਆਂ ਦੀ ਚੜਾਈ ਜਿਹੜਾ ਉਹ ਵੀਡੀਓ ਦੇ ਵਿੱਚ ਅੰਦਾਜ਼ਾ ਲਾ ਸਕਦੇ ਆ। ਬਾਕੀ ਹਾਈਟ ਜਿਹੜੀ ਆ ਉਹ ਤੁਸੀਂ ਦੇਖ ਲਓਗੇ ਦੋਸਤੋ, ਐਕਸਟਰਾਆਰਡਨਰੀ ਇਹਦੀ ਹਾਈਟ ਆ, ਬਹੁਤ ਉੱਚੀ ਲੰਬੀ ਹੈ। ਬਾਕੀ ਜਦੋਂ ਤੋਰਾਂਗੇ ਉਦੋਂ ਤੁਹਾਨੂੰ ਇਹਦੇ ਹਵਾਨੇ ਦੀ ਜਜਮੈਂਟ ਹੋ ਜੂਗੀ। ਬਹੁਤ ਜ਼ਿਆਦਾ ਸੋਹਣੀ ਝੋਟੀ ਤਿਆਰ ਹੋਈ ਵੀ ਹੈ। ਮੂੰਹ ਮੱਥਾ ਤੁਸੀਂ ਦੇਖ ਸਕਦੇ ਆ, ਸਿੰਘ ਬਿਲਕੁਲ ਗੋਲ ਹੈ, ਕੁੰਡਾ ਸਿੰਘ ਹੈ। ਕੱਟੀ ਦੋਸਤੋ ਇਹਦੇ ਮਗਰ ਜੈੱਡ ਬਲੈਕ ਹੈ। ਹਜੇ ਸੁਬਾਹ ਦੀ ਸੂਈ ਹੈ, ਇਹਦੇ ਕਰਕੇ ਬੱਚਾ ਚੰਗੀ ਤਰ੍ਹਾਂ ਸਹੀ ਖੜਦਾ ਨਹੀਂ ਗਾ। ਪੂਛ ਦੇ ਵਿੱਚ ਵੀ ਇਹਦੀ ਦੇ ਵਿੱਚ ਦੋਸਤੋ ਵਾਲ ਜਿਹੜੇ ਹੈ ਕੋਈ ਇੱਕ ਅੱਧਾ ਵਾਲ ਹੋ ਸਕਦਾ। ਵੈਸੇ ਇਹ ਤੁਸੀਂ ਦੇਖ ਸਕਦੇ ਆ ਬਿਲਕੁਲ ਜੈੱਡ ਬਲੈਕ ਹੀ ਪੂਛ ਹੈ ਇਹਦੀ। ਬਾਕੀ ਬਹੁਤ ਸੋਹਣੀ ਝੋਟੀ ਹੈ। ਜੇ ਕਿਸੇ ਵੀਰ ਨੇ ਸ਼ਕੀਨ ਝੋਟੀ ਲੈਣੀ ਹੋਵੇ ਮੁਰਾ ਨਸਲ ਦੀ ਤਾਂ ਜ਼ਰੂਰ ਤੁਸੀਂ ਆ ਕੇ ਦੇਖੋ, ਤੁਹਾਡੇ ਪਸੰਦ ਆਊ। ਖੁੱਲ੍ਹ ਬਈ ਜੀ ਜਦੋਂ ਤੋਰਾਂਗੇ ਦੋਸਤੋ ਇਹਦੇ ਤੁਹਾਨੂੰ ਹਵਾਨੇ ਦੀ ਇਹਦੇ ਥਣਾਂ ਦੀ ਜਜਮੈਂਟ ਹੋ ਜੂਗੀ। ਪਸਮਾ ਕਿਉਂਕਿ ਹਜੇ ਸੂਈ ਥੋੜ੍ਹੇ ਟਾਈਮ ਦੀ ਹੈ ਅਤੇ ਉਹਦੇ ਕਰਕੇ ਜਿਹੜਾ ਥਣਾਂ ਦੇ ਵਿੱਚ ਪੂਰਾ ਪਸਮਾ ਬਹੁਲਾ ਹੀ ਹੈ ਦੋਸਤੋ। ਬਾਕੀ ਇਹਦੇ ਹਵਾਨੇ ਦੇ ਉੱਤੇ ਜਿਹੜੀਆਂ ਨਾੜਾਂ ਤੁਸੀਂ ਦੇਖ ਸਕਦੇ ਆ, ਇਹਨਾਂ ਤੋਂ ਭੁਲੇਖਾ ਤੁਹਾਨੂੰ ਹਰਿਆਣੇ ਦੀਆਂ ਮੱਝਾਂ ਵਾਲਾ ਹੀ ਪਊਗਾ ਦੋਸਤੋ। ਕੱਦ ਘੱਟ ਬਹੁਤ ਜ਼ਿਆਦਾ ਹੈ ਦੋਸਤੋ, ਦੇਖ ਸਕਦੇ ਆ ਤੁਸੀਂ। ਥੋੜ੍ਹਾ ਜਿਹਾ ਤਾਜ਼ੀ ਸੂਈ ਕਰਕੇ ਬੱਚੇ ਵੱਲ ਦੀ ਖਿੱਚ ਜ਼ਿਆਦਾ ਕਰਦੀ ਝੋਟੀ। ਬਹੁਤ ਸੋਹਣਾ ਹਵਾਨਾ ਦੋਸਤੋ ਤਿਆਰ ਕੀਤਾ। ਚੰਗੇ ਦੁੱਧ ਵਾਲੀ ਝੋਟੀ ਬਣੂਗੀ ਦੋਸਤੋ, ਕਿਉਂਕਿ ਰੌਕ ਹੀ ਪਸ਼ੂ ਦਾ ਦੱਸ ਦਿੰਦਾ ਹੁੰਦਾ ਤਾਜ਼ੇ ਸੂਏ ਦਾ। ਬਾਕੀ ਪੂਛ ਇਹਦੀ 'ਚ ਵੀ ਦੋਸਤੋ ਹੇਠੋਂ ਵਾਲ ਹੀ ਕੁਛ ਵਾਈਟ ਹੈ। ਬਾਕੀ ਲਗਭਗ ਇਹਨੂੰ ਆਪਾਂ ਬਲੈਕ ਮੱਝਾਂ ਦੇ ਵਿੱਚ ਹੀ ਮੰਨਾਂਗੇ। ਮੁਰਾ ਨਸਲ ਦੀ ਮੱਝ ਹੈ, ਪੰਜਾਬ ਦੀ ਮੱਝ ਹੈ ਦੋਸਤੋ, ਪੰਜਾਬ ਦੇ ਵਿੱਚੋਂ ਹੀ ਬਾਈ ਜੀ ਹੋਰੀ ਖਰੀਦਦੇ ਹੈ। ਬਾਕੀ ਥਣਾਂ ਦੀ ਸ਼ੇਪ ਤੁਹਾਨੂੰ ਦਿਖਾ ਦਿੰਦਾ, ਪਸਮਾ ਹੋਇਆ ਵਿਆ ਕਿਉਂਕਿ ਹਜੇ ਇਹ ਸੂਈ ਨੂੰ ਥੋੜ੍ਹਾ ਟਾਈਮ ਹੋਇਆ। ਬਾਕੀ ਬਹੁਤ ਜ਼ਿਆਦਾ ਸੋਹਣੀ ਦੋਸਤੋ ਝੋਟੀ ਹੈ, ਇਹ ਦੇਖ ਸਕਦੇ ਹੋ ਤੁਸੀਂ। ਜੇ ਕਿਸੇ ਵੀਰ ਨੇ ਦੋਸਤੋ ਚੰਗੇ ਦੁੱਧ ਵਾਲੀ ਝੋਟੀ ਖਰੀਦਣੀ ਹੈ ਮੁਰਾ ਨਸਲ ਦੇ ਵਿੱਚ, ਤਾਂ ਮੇਰੇ ਖਿਆਲ 'ਚ ਉਹਨੂੰ ਜ਼ਰੂਰ ਆ ਕੇ ਦੇਖਣੀ ਚਾਹੀਦੀ ਹੈ। ਮਾਛੀਕੇ ਪਿੰਡ ਹੈ। ਬਾਕੀ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਹੈ ਨੰਬਰ ਬਾਈ ਉਹਨਾਂ ਦਾ ਸਕਰੀਨ 'ਤੇ ਚੱਲ ਰਿਹਾ ਹਵਾਨਾ, ਤੁਸੀਂ ਥਣ ਲੇਵਾ ਇੱਥੋਂ ਵੀ ਦੇਖ ਸਕਦੇ ਹੋ। ਬਹੁਤ ਸੋਹਣਾ ਪਿੱਛੇ ਨੂੰ ਵੀ ਉੱਭਰਵਾਂ ਜਿਹੜਾ ਹਵਾਨਾ ਹੈ, ਉੱਤੋਂ ਚੜਾਈ ਜਿਹੜੀ ਹੈਗੀ ਉਹ ਐਕਸਟਰਾਆਰਡਨਰੀ ਹੈ, ਤੁਸੀਂ ਦੇਖ ਸਕਦੇ ਹੋ। ਬਾਕੀ ਜਿਹੜੀ ਇਹਦੀ ਹਾਈਟ ਆ ਤੁਸੀਂ ਵੇਖ ਸਕਦੇ ਹੋ, ਬਾਈ ਜੀ ਹੋਰੀ ਕੋਲ ਖੜੇ ਉਹਨਾਂ ਦੇ ਬਰਾਬਰ ਲਗਭਗ ਇਹਦਾ ਜਿਹੜਾ ਕੱਦ ਕਾਠ ਆ ਜਾਂਦਾ, ਦੇਖ ਸਕਦੇ ਹੋ ਦੋਸਤੋ। ਠੀਕ ਹੈ ਦੋਸਤੋ, ਇਹ ਝੋਟੀ ਜਿਹੜੇ ਵੀਰ ਦੇ ਪਸੰਦ ਆਉਂਦੀ ਹੈ, ਸੌਦਾ ਤੁਸੀਂ ਆਪ ਕਰਨਾ, ਤਸੱਲੀ ਤੁਸੀਂ ਆਪ ਦੋਸਤੋ ਕਰਨੀ ਹੈ। ਕਿਉਂਕਿ ਹਰੇਕ ਵੀਡੀਓ 'ਚ ਇਹ ਗੱਲ ਮੈਂ ਕਰਦਾ ਹੁੰਦਾ ਵੀ ਜਿਹੜਾ ਮੇਰਾ ਕੰਮ ਆ ਮੈਂ ਤੁਹਾਨੂੰ ਪਸ਼ੂ ਦਿਖਾ ਦਿੰਦਾ ਕਿਹੜੇ ਪਿੰਡ ਦੇ ਵਿੱਚ ਖੜਾ। ਕੋਸ਼ਿਸ਼ ਹੁੰਦੀ ਹੈ ਵੀ ਚਾਰਾਂ ਪਾਸਿਆਂ ਤੋਂ ਪਸ਼ੂ ਤੁਹਾਨੂੰ ਦਿਖਾਇਆ ਜਾਵੇ। ਬਾਕੀ ਜਿਹੜੀ ਪਸੰਦ ਆ ਜਾਂ ਨਿਰਖ ਪਰਖ ਆ ਉਹ ਤੁਸੀਂ ਆਪ ਕਰਨੀ ਹੈ। ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ। ਝੋਟੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ।